ਫਗਵਾੜਾ ਦੀ ਲਵਲੀ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਦੇ ਅੰਦਰ ਹਿੱਸਾ ਲੈਂਦੇ ਆਏ ਕੇਂਦਰੀ HRD ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮਹਿਲਾਵਾਂ ਦਾ ਸਾਇੰਸ ਵਿੱਚ ਖਾਸ ਯੋਗਦਾਨ ਹੈ। ਉਹਨਾਂ ਨੇ ਮੈਡਮ ਕੈਯੂਰੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮਹਿਲਾਵਾਂ ਕਦੀ ਵੀ ਇਹ ਨਾ ਸੋਚਣ ਕਿ ਵਿਗਿਆਨ ਵਿੱਚ ਉਹਨਾਂ ਦਾ ਯੋਗਦਾਨ ਘੱਟ ਹੈ। ਉਹਨਾਂ ਮੈਡਮ ਕੈਯੂਰੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ 2 ਖੋਜਾਂ ਕੀਤੀਆਂ ਜਿਨ੍ਹਾਂ ਲਈ ਉਹਨਾਂ ਨੂੰ 2 ਨੋਬਲ ਪੁਰਸਕਾਰ ਵੀ ਮਿਲੇ। ਉਹਨਾਂ ਕਿਹਾ ਕਿ ਕੋਈ ਵੀ ਦੇਸ਼ ਜਿੱਥੋਂ ਤੱਕ ਵਿਗਿਆਨ 'ਚ ਤਰੱਕੀ ਨਹੀਂ ਕਰਦਾ ਉਦੋਂ ਤੱਕ ਖੁਦ ਤਰੱਕੀ ਨਹੀਂ ਕਰ ਸਕਦਾ। ਨਾਲ ਹੀ ਉਹਨਾਂ ਕਿਹਾ ਕਿ ਵਿਗਿਆਨ 'ਚ ਤਰੱਕੀ ਕਰਨ ਲਈ ਅਨੁਸੰਧਾਨ ਵਿੱਚ ਤਰੱਕੀ ਕਰਨਾ ਬਹੁਤ ਜ਼ਰੂਰੀ ਹੈ। ਬਿਊਰੋ ਫਿਰ ਅਚਾਨਕ ਨਿਊਜ਼ ਜਲੰਧਰ। ਜਿਨ ਛਾਤਰੋਂ ਨੇ ਇਹ ਡਰਾਈਵਰਲੈਸ ਕਾਰ ਤਿਆਰ ਕੀ ਹੈ ਉਨਕੋ ਮੈਂ ਬਹੁਤ ਬਧਾਈ ਦੇਣਾ ਚਾਹਤਾ ਹੂੰ। ਯਹੀ ਇਸ ਤਰ੍ਹਾਂ ਕੇ ਸ਼ੋਧ ਕੀ ਵਿਰਤੀ ਪ੍ਰਵਿਰਤੀ ਔਰ ਉਸਕੋ ਬੜਾਵਾ ਦੇਣੇ ਸੇ ਹੀ ਦੇਸ਼ ਆਗੇ ਬੜੇਗਾ। ਇਨੋਵੇਸ਼ਨ ਇਜ਼ ਦਾ ਕੀ ਫਾਰ ਨੇਸ਼ਨਸ ਪ੍ਰੋਗਰੈਸ ਐਂਡ ਆਈ ਮਸਟ ਕੋਂਗਰੈਚੁਲੇਟ ਐਂਡ ਕੋਂਪਲੀਮੈਂਟ ਦਾ ਸਟੂਡੈਂਟਸ ਹੂ ਹੈਵ ਇਨੋਵੇਟਡ ਦਿਸ ਡਰਾਈਵਰਲੈਸ ਕੈਂਪਸ ਕਾਰ ਵਿਚ ਵਿਲ ਮੂਵ ਇਨ ਟੂ ਕੈਂਪਸ ਵਿਦਆਊਟ ਡਰਾਈਵਰ ਬਟ ਵਿਦਆਊਟ ਹਰਟਿੰਗ ਐਨੀਬਡੀ। ਥੈਂਕ ਯੂ।